ਤਾਂ ਉਹਨਾਂ ਬੱਚਿਆਂ ਉਹਨਾਂ ਦੀ ਮੋਟੀਵੇਸ਼ਨ ਵਾਸਤੇ ਉਹਨਾਂ ਦੇ ਮੋਟੀਵੇਸ਼ਨ ਸੈਸ਼ਨ ਵਾਸਤੇ ਮੈਂ ਇਹਨਾਂ ਭਰਾਵਾਂ ਦੇ ਕੋਲ ਇਹਨਾਂ ਵੀਰਾਂ ਦੇ ਕੋਲ ਆਇਆ ਮੈਂ ਸਟਾਰ ਨਹੀਂ ਆਵਣ ਕੇ ਆਇਆ ਤੁਹਾਡੇ ਕੋਲ ਨਾ ਮੈਂ ਸਟਾਰ ਆਪਣੇ ਆਪ ਨੂੰ ਸਮਝਦਾ ਕਿਉਂਕਿ ਮੈਂ ਇਸ ਇਲਾਕੇ ਦਾ ਇਸ ਏਰੀਏ ਦਾ ਸਟੇਟ ਹਾਂ ਅੱਲਾਹ ਤਾਲਾ ਨੇ ਮੈਨੂੰ ਤਾਕਤ ਦਿੱਤੀ ਅਤੇ ਤੁਸੀਂ ਦੁਆਵਾਂ ਦਿੱਤੀਆਂ ਤੁਹਾਡੀਆਂ ਦੁਆਵਾਂ ਨਾਲ ਅੱਜ ਮੈਂ ਅਗਰ ਇਸ ਪੋਜੀਸ਼ਨ 'ਤੇ ਹਾਂ ਅਤੇ ਮੈਂ ਤੁਹਾਡੀ ਦੁਆ ਮੈਨੂੰ ਬੜੀ ਖੁਸ਼ੀ ਹੋਈ ਹੈ ਇਹ ਪਿੱਛੇ ਵੀ ਦੋਸਤ ਮੇਰੇ ਤੋਂ ਮੇਰੇ ਇੱਕ ਦੋ ਟੀਮਾਂ ਹੋਰ ਵੀ ਖੜੀਆਂ ਸੀ ਅਤੇ ਮੈਂ ਯਾਰ ਮੈਂ ਦਿਮਾਗੀ ਤੌਰ 'ਤੇ ਬੜਾ ਮਤਲਬ ਕਿ ਖੁਸ਼ ਹੋਇਆ ਕਿ ਯਾਰ ਮਤਲਬ ਇਸ ਗੇਮ ਨੂੰ ਇਸ ਲੈਵਲ ਤੱਕ ਲੜਕੇ ਪਿਆਰ ਕਰਦੇ ਨੇ ਇੱਥੇ ਮੁੰਡੇ ਬੜੇ ਇਸ ਚੀਜ਼ ਦੇ ਤਰਾਸ਼ੇ ਜਾਣ ਜਿਹੜੇ ਮੈਂ ਹੁਣ ਦੇਖਦਾ ਪਿਆ ਖੇਡਣ ਵਾਲੇ ਬੱਚਿਆਂ ਦੇ ਵਿੱਚ ਵੀ ਬੜੇ ਅੱਛੇ ਅੱਛੇ ਬੱਚੇ ਨੇ ਕਿ ਜਿਹੜੇ ਇਨਸ਼ਾਅੱਲਾ ਆਉਣ ਵਾਲੇ ਵਕਤ ਦੇ ਵਿੱਚ ਅੱਲਾਹ ਨੇ ਚਾਹਿਆ ਅਤੇ ਸ਼ਫੀਕ ਚਿਸ਼ਤੀ ਕਈ ਸਾਡੇ ਸਾਹਿਬਾਨ ਦੇ ਵਿੱਚ ਪੈਦਾ ਹੋਣਗੇ ਬੱਚਿਆਂ ਵਾਸਤੇ ਮੈਂ ਇੱਕ ਟਾਈਮ ਸੀ ਮੇਰਾ ਜ਼ੀਰੋ ਸੀ ਮੈਂ ਉਸ ਟਾਈਮ ਕੱਖ ਵੀ ਨਹੀਂ ਸਾਂ ਅਤੇ ਮੈਂ ਮਤਲਬ ਕਿ ਇੱਕ ਲਾਈਨ ਸੀ ਅਤੇ ਮੈਂ ਕਿਸੇ ਲਾਈਨ ਦੇ ਵਿੱਚ ਖੜਾ ਹੋਇਆ ਜਾ ਕੇ ਅਤੇ ਉਸ ਬੰਦਿਆਂ ਨੇ ਉਹਨਾਂ ਨੇ ਮੈਨੂੰ ਪਿੱਛੇ ਕਰਤਾ ਅੱਜ ਮੇਰਾ ਦਿਲ ਕਰਦਾ ਕਿ ਮੈਂ ਤੁਹਾਡੇ ਨਾਲ ਕੁਛ ਦਿਲ ਦੀਆਂ ਵੀ ਗੱਲਾਂ ਕਰਾਂ ਮੈਂ ਉਸ ਲਾਈਨ ਦੇ ਵਿੱਚ ਮੇਰੇ ਬੰਦਿਆਂ ਨੇ ਪਿੱਛੇ ਕਰ ਦਿੱਤਾ ਫਿਰ ਇੱਕ ਟਾਈਮ ਮੇਰੇ 'ਤੇ ਆਇਆ ਮੈਂ ਆਇਆ ਅਤੇ ਉਹ ਲਾਈਨ ਸ਼ੁਰੂ ਹੋਈ ਮੈਂ ਜਿੱਥੇ ਖੜਾ ਹੋਇਆ ਲਾਈਨ ਉੱਥੇ ਸ਼ੁਰੂ ਹੋਈ ਮੁਹੱਬਤ ਇਹ ਪਿਆਰ ਇਹ ਦੁਆ ਆਪਣੇ ਤੋਂ ਬੜੇ ਦਾ ਅਦਬ ਆਪਣੇ ਤੋਂ ਛੋਟੇ ਦਾ ਹਿਆ ਇਹ ਸਾਰੀਆਂ ਚੀਜ਼ਾਂ ਜਦੋਂ ਇਨਸਾਨ ਦੇ ਵਿੱਚ ਹੁੰਦੀਆਂ ਨੇ ਉਦੋਂ ਹੀ ਇਨਸਾਨ ਕਿਸੇ ਨਾ ਕਿਸੇ ਮੁਕਾਮ 'ਤੇ ਪਹੁੰਚਦਾ ਹਰ ਜਗ੍ਹਾ 'ਤੇ ਮਿਹਨਤ ਕੰਮ ਨਹੀਂ ਆਉਂਦੀ ਮੈਂ ਹਰ ਜਗ੍ਹਾ 'ਤੇ ਮਿਹਨਤ ਨੂੰ ਨਹੀਂ ਕਰਦਾ ਮਿਹਨਤ ਤੁਹਾਡੀ 90% 70% 80% ਤੱਕ ਹੈ ਲੇਕਿਨ ਉਹਦੇ ਵਿੱਚ 10 ਤੋਂ 30 40 50 100 ਤੁਹਾਡੇ ਮਾਂ ਬਾਪ ਦੀਆਂ ਤੁਹਾਡੇ ਭੈਣ ਭਰਾਵਾਂ ਦੀਆਂ ਤੁਹਾਡੇ ਦੋਸਤ ਅਹਬਾਬ ਦੀਆਂ ਤੁਹਾਡੇ ਏਰੀਆ ਵਾਲਿਆਂ ਦੀਆਂ ਦੁਆਵਾਂ ਹੁੰਦੀਆਂ ਨੇ ਕਿ ਜਿਹੜੀਆਂ ਤੁਹਾਨੂੰ ਕਿਸੇ ਵੀ ਅਰੇਂਜ 'ਤੇ ਲੈ ਕੇ ਜਾਂਦੀਆਂ ਨੇ ਅਤੇ ਕਿਸੇ ਵੀ ਜਗ੍ਹਾ 'ਤੇ ਲੈ ਕੇ ਜਾਂਦੀਆਂ ਨੇ ਇੱਕ ਮੁਕਾਮ 'ਤੇ ਮੈਂ ਜਦੋਂ ਭਰਤੀ ਹੋਇਆ ਮੈਂ ਉਦੋਂ 7ਵੇਂ ਸਕੇਲ ਦੇ ਵਿੱਚ ਸਾਂ ਅਤੇ ਮੈਂ ਸੋਚਦਾ ਸਾਂ ਕਿ ਮੈਂ ਨਹੀਂ ਯਾਰ ਮੈਂ ਨਾ ਛੱਡਦੀ ਨਹੀਂ ਹਾਂ ਅਤੇ ਮੈਂ ਕੋਈ ਆਪਣਾ ਕਾਰੋਬਾਰ ਵੀ ਕਰਨਾ ਨਾਲ ਲੇਕਿਨ ਅੱਲਾਹ ਤਾਲਾ ਨੇ ਅੱਜ ਮੈਨੂੰ 18ਵੇਂ ਸਕੇਲ ਦਾ ਗੈਜ਼ਟ ਆਫੀਸਰ ਬਣਾਇਆ ਅਤੇ ਮੈਂ ਉਹ ਵੀ ਇਸ ਸਕਿਉਰਿਟੀ ਦੇ ਵਿੱਚ ਲਿਆ ਉਹਨਾਂ ਭਰਾਵਾਂ ਦੀਆਂ ਦੁਆਵਾਂ ਨਾਲ ਲਿਆ ਇਹਨਾਂ ਸਾਰੇ ਦੋਸਤਾਂ ਦੀਆਂ ਦੁਆਵਾਂ ਨਾਲ ਲਿਆ ਮੈਂ ਇਹ ਨਹੀਂ ਕਿ ਮੈਂ ਸ਼ਫੀਕ ਚਿਸ਼ਤੀ ਅਗਰ ਮੈਂ ਚਲਾ ਗਿਆ ਤਾਂ ਕਦੀ ਇੱਥੇ ਵਾਪਸ ਨਹੀਂ ਆਵਾਂਗਾ ਮੈਨੂੰ ਕੋਈ ਬੱਚਾ ਵੀ ਇੱਥੇ ਸਰਦਾਰ ਦਾ ਬੁਲਾਇਆ ਹੋਇਆ ਜਿਸ ਏਰੀਏ 'ਚ ਬੁਲਾਇਆ ਤਾਂ ਮੈਂ ਲਾਜ਼ਮੀ ਜਾਵਾਂਗਾ ਇਸ ਵਾਸਤੇ ਜਾਵਾਂਗਾ ਕਿ ਇੱਥੋਂ ਹੀ ਮੈਂ ਨਿਕਲਿਆ ਅਤੇ ਇੱਥੋਂ ਹੀ ਮੈਂ ਸ਼ਫੀਕ ਅਹਿਮਦ ਤੋਂ ਸ਼ਫੀਕ ਚਿਸ਼ਤੀ ਬਣਿਆ ਇੱਥੋਂ ਹੀ ਮੈਂ ਕੈਪਟਨ ਬਣਿਆ ਇੱਥੋਂ ਹੀ ਮੈਂ ਆਫਿਸਰ ਬਣਿਆ ਇੱਥੋਂ ਹੀ ਮੈਂ ਸਾਰਾ ਕੁਝ ਬਣਿਆ ਉਸ ਤੋਂ ਇਲਾਵਾ ਇਹ ਭਾਈ ਹੈ ਮੇਰੇ ਤੋਂ ਵੱਡੇ ਨੇ ਗੁਲਾਮ ਜਲਾਨੀ ਅਤੇ ਮੈਂ ਯਾਰ ਫਿਰ ਵੀ ਤੁਹਾਡੇ ਨਾਲ ਇੱਕ ਹੋਰ ਕਰਦਾ ਕਿ ਯਾਰ ਆਪਣੇ ਏਰੀਏ ਦੇ ਵਿੱਚ ਅਮਨ ਰੱਖੋ ਜਿਹੜਾ ਬੱਚਾ ਸਪੋਰਟ ਕਰਦਾ ਮੁਹੱਈਏ ਹਜ਼ਰਾਤ ਜਿਹੜੇ ਨੇ ਸਾਡੇ ਏਰੀਏ 'ਚ ਬੜੇ ਬੜੇ ਐਸੇ ਅੱਛੇ ਲੋਕ ਬੈਠੇ ਹੁੰਦੇ ਨੇ ਕਿ ਜਿਹੜੇ ਕੋਈ ਜਗ੍ਹਾ 'ਤੇ ਆਪਣੇ ਪੈਸੇ ਇਸਤੇਮਾਲ ਕਰ ਲੈਂਦੇ ਕਿਸੇ ਗਲਤ ਜਗ੍ਹਾ 'ਤੇ ਲੇਕਿਨ ਮੈਂ ਇਸ ਚੀਜ਼ ਨੂੰ ਨਹੀਂ ਜ਼ਿਆਦਾ ਪ੍ਰੈਫਰ ਕਰਦਾ ਲੇਕਿਨ ਮੈਂ ਉਹਨਾਂ ਲੋਕਾਂ ਨੂੰ ਇਹ ਗੱਲ ਕਰਦਾ ਕਿ ਯਾਰ ਅਗਰ ਤੁਸੀਂ ਉਹਦੇ ਕੁਛ ਹਿੱਸਾ ਆਪਣੇ ਇਲਾਕੇ ਦੇ ਬੱਚਿਆਂ ਦੇ ਨੌਜਵਾਨਾਂ ਅਤੇ ਯੂਥ 'ਤੇ ਲਾਓਗੇ ਨਾ ਮੈਂ ਕੋਈ ਸਿਆਸਤ ਕਰਨ ਨਹੀਂ ਆਇਆ ਨਾ ਮੈਂ ਕੋਈ ਇੱਥੇ ਕੋਈ ਗੱਲ ਕਰਨਾ ਮੈਂ ਸਿਰਫ ਉਹ ਗੱਲ ਕਰਨਾ ਵਾ ਜਿਹੜੀ ਇਹਨਾਂ ਬੱਚਿਆਂ ਵਾਸਤੇ ਸਾਡੇ ਮਾਂ ਬਾਪ ਵਾਸਤੇ ਸਾਡੇ ਭੈਣਾਂ ਭਰਾਵਾਂ ਵਾਸਤੇ ਫਾਇਦੇਮੰਦ ਹੋਏਗੀ ਉਹਨਾਂ ਨੂੰ ਆਉਣਾ ਚਾਹੀਦਾ ਆ ਕੇ ਉਹ ਇਹਨਾਂ ਸਾਹਿਬਾਲ ਦੀ ਯੂਥ ਸਾਹਿਬਾਲ ਦੀ ਇਸ ਪੀੜ੍ਹੀ ਨੂੰ ਸੰਭਾਲਣ ਤਾਂ ਕਿ ਉੱਥੇ ਬੜੇ ਬੜੇ ਵੱਡੇ ਅੱਜ ਤਾਰਕ ਅਜ਼ੀਜ਼ ਮਰ ਗਿਆ ਅੱਲਾਹ ਉਹਨਾਂ ਜੰਨਤ 'ਚ ਕਰਦੇ ਸਾਹਿਬਾਲ ਦਾ ਨਾਮ ਸੀ ਠੀਕ ਹੈ ਉਹ ਸਾਹਿਬਾਲ ਦਾ ਸਿਹਰਾ ਸੀ ਅਸੀਂ ਵੀ ਚੱਲ ਜਾਣਾ ਕਿਸੇ ਬੰਦੇ ਨੇ ਸਦਾ ਨਹੀਂ ਰਹਿਣਾ ਇੱਥੇ ਲੇਕਿਨ ਚੀਜ਼ਾਂ ਉਹ ਕਰਕੇ ਜਾਓ ਕਿ ਜਿਹੜੀਆਂ ਤੁਹਾਡੀਆਂ ਪਿੱਛੇ ਨਾਮ ਲੈ ਜਾਣ ਤਾਰਕ ਅਜ਼ੀਜ਼ ਨੂੰ ਅੱਜ ਵੀ ਅਸੀਂ ਯਾਦ ਕਰਦੇ ਨਿਲਾਮ ਕਰ ਦਿਓ ਠੀਕ ਹੈ ਇਸੇ ਤਰ੍ਹਾਂ ਦਾ ਸਾਡੇ ਬਹੁਤ ਸਾਰੇ ਦੋਸਤ ਨੇ ਬਹੁਤ ਸਾਰਾ ਸਾਡਾ ਟੈਲੈਂਟ ਹੈ ਜਿਹੜਾ ਸਾਹਿਬਾਲ ਦੇ ਵਿੱਚ ਸਿਰਫ ਇਸ ਪੋਜੀਸ਼ਨ ਦੀ ਵਜ੍ਹਾ ਤੋਂ ਇਸ ਗੱਲ ਦੀ ਵਜ੍ਹਾ ਤੋਂ ਪਿੱਛੇ ਰਹਿ ਜਾਂਦਾ ਕਿ ਉਹਨਾਂ ਨੂੰ ਪਿੱਛੇ ਕੋਈ ਸਪੋਰਟ ਕਰਨ ਵਾਲਾ ਨਹੀਂ ਹੈ ਸਪੋਰਟ ਕਰੋ ਚਾਹੇ ਥੋੜ੍ਹੀ ਕਰੋ ਕੁਛ ਮੇਰੇ ਬਹੁਤ ਸਾਰੇ ਸਾਹਿਬਾਲ ਦੇ ਵਿੱਚ ਤਨਖਾਹ ਐਸੇ ਨੇ ਕਿ ਜਿਹੜੇ ਜਿਨ੍ਹਾਂ ਨੂੰ ਅੱਲਾਹ ਨੇ ਬਹੁਤ ਜ਼ਿਆਦਾ ਦਿੱਤਾ ਅਤੇ ਕੁਛ ਐਸੇ ਲੋਕ ਨੇ ਜਿਹੜੇ ਵਿਚਾਰੇ ਉਸ ਤਰ੍ਹਾਂ ਦੇ ਨੇ ਲੇਕਿਨ ਉਹਨਾਂ ਕੋਲੋਂ ਉਹਨੀ ਸਪੋਰਟ ਨਹੀਂ ਹੈ ਲੇਕਿਨ ਉਹਨਾਂ 'ਚ ਟੈਲੈਂਟ ਹੈ ਮੈਂ ਅੱਜ ਇਹਨਾਂ ਭਰਾਵਾਂ ਸਾਰਿਆਂ ਨਾਲ ਇੱਕ ਵਾਅਦਾ ਵੀ ਕਰਕੇ ਜਾਣਾ ਐਸਾ ਟੈਲੈਂਟ ਵਾਲਾ ਬੱਚਾ ਹੋ ਜਿਹੜਾ ਇਹ ਚਾਹੇ ਉਹਨੂੰ ਇਨਸ਼ਾਅੱਲਾ ਮੇਰੇ ਅੱਲਾਹ ਨੇ ਚਾਹਿਆ ਮੈਂ ਉਹਨੂੰ ਨੌਕਰੀ ਵੀ ਲਵਾਵਾਂਗਾ ਅਤੇ ਮੈਂ ਉਹਨੂੰ ਆਪਣੇ ਸਟਾਰ ਵੀ ਬਣਾਵਾਂਗਾ